ਅੱਗੇ ਬਾਪ ਘਰ ਆਉਣਾ, ਧੀਆਂ ਸਿਰ ਕੱਜਣੇ, ਦੁਪੱਟੇ ਲੈਣੇ। ਹੁਣ ਬਾਪ ਨਾਲ ਬਹਿ ਕੇ ਨਾਲੇ ਟੀ ਵੀ ਵੇਖਦਾ, ਨਾਲੇ ਸਿਗਰਟ ਪੀਂਦਾ। ਐਦਰਾ ਚੈਨਲ ਬਦਲੀ, ਐਦਰਾ ਚੈਨਲ ਬਦਲੀ। ਅਗਲੇ ਦਿਨ ਇੱਕ ਕਮਤਰਾ ਮੈਨੂੰ 500 ਦਾ ਜੇਲੀ ਤਕਰੀਰ 'ਚ ਦੇ ਗਿਆ। ਆ ਵੇਖੋ ਕੋ ਹਾਲ, ਆ ਵੇਖੋ। ਹੁਣ ਤਾਂ ਭਾਈ ਇੱਥੋਂ ਜੁਮਾਂ ਪੜ੍ਹ ਕੇ ਨਿਕਲੀਏ ਨਾ, ਜੁਮਾਂ ਪੜ੍ਹ ਕੇ ਨਿਕਲੀਏ। ਇੱਥੋਂ ਤਾਂ ਬਜ਼ਾਰ ਦਾ ਨੋਟ ਪਿਆ ਹੋਵੇ ਨਾ, ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ? ਮੇਰਾ ਪੈਰ ਸੌਂ ਗਿਆ। ਇਹ ਨਹੀਂ ਪਤਾ ਇਮਾਨ ਸੌਂ ਗਿਆ। ਹਜ਼ਾਰ ਤੇ ਮਾਨ ਗਵਾ ਜਾਂਦੇ ਨੇ। ਔਰ ਤੁਸੀਂ ਹਜ਼ਾਰ ਕਹਿੰਦੇ ਜੇ ਪਿੰਡੀ ਬਾਈਪਾਸ ਤੋਂ ਗੱਡੀ 'ਤੇ ਬਹਿ ਜਾਣ, ਚੰਦ ਦੇ ਕਿਲੇ ਤੱਕ ਜਾਣਾ ਹੋਵੇ ਨਾ, ਅਤੇ ਆਲਮ ਚੌਂਕ 'ਚ ਸੌਂ ਜਾਂਦੇ ਨੇ। ਕਿ ਡਰਾਈਵਰ ਸਮਝੇ ਰਾਹ ਵਾਲੀ ਨੂੰ ਸੁੱਤਾ ਹੀ ਆਇਆ, ਇਹਨੇ ਕਿਰਾਇਆ ਦਿੱਤਾ ਹੈ, ਕਲਿੰਡਰ ਇਹੀ ਸਮਝੇ। ਉਹ 100 ਤੇ ਮਾਨ ਗਵਾਉਂਦੇ ਨੇ। ਉਹ ਕੀ ਯਾਰ, ਤੁਹਾਨੂੰ ਮੈਂ ਦੱਸਾਂ, 100 ਦਾ ਲੋਡ ਕਿਸੇ ਦਾ ਕਿਸੇ ਵੱਲ ਆ ਜਾਣ, ਉਹ ਫੋਨ ਕਰੇ, ਭਾਈ ਤੇਰੇ ਵੱਲ ਆ ਗਏ, ਮੈਂ ਤੈਨੂੰ ਕਿਹਾ ਸੀ ਕੱਲ੍ਹ। ਇਹ ਨਹੀਂ ਅੱਗੋਂ ਕਹਿੰਦੇ ਵੀ ਮੈਂ ਤੈਨੂੰ ਕਰਾ ਦਿੰਦਾ ਨਾ, ਉਹ ਬੋਲੋ ਤੇ ਸਹੀ। 100 ਤੇ ਮਾਨ ਗਵਾ ਜਾਂਦੇ। ਅੱਛਾ, ਮੈਂ ਅੱਜ ਤੁਹਾਡੇ ਕੋਲ ਗੱਲ ਕਰਨ ਲੱਗਾ, ਜ਼ਰਾ ਧਿਆਨ ਕਰਿਆ ਜੇ। ਜਿਹੜਾ ਨਬੀ, ਸੁਣ ਲਓ, ਸੁਣੋ ਸ਼ਰੀਅਤ, ਇੱਕ ਔਰਤ ਅਤੇ ਮਰਦ ਨੂੰ ਇਕੱਠਿਆਂ ਜਨਾਜ਼ਾ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ। ਉਹ ਮਹਿੰਦੀ ਕੱਢਣ ਦੀ ਇਜਾਜ਼ਤ ਦੇਗਾ? ਧੀਆਂ ਨਚਾਉਣ ਦੀ ਇਜਾਜ਼ਤ ਦੇਗਾ? ਬਾਹਰ ਕੱਢਣ ਦੀ ਇਜਾਜ਼ਤ ਦੇਗਾ? ਨੰਗੇ ਸਿਰ ਜਨੋਰਨ ਦੀ ਇਜਾਜ਼ਤ ਦੇਗਾ? ਅਤੇ ਜਿਹੜੇ ਬਾਪ ਬੈਠੇ ਜੇ, ਅੱਜ ਇੱਕ ਵਾਅਦਾ ਕਰੋ, ਅਸੀਂ ਆਪਣੀ ਬੇਟੀ ਨੂੰ ਜਹੇਜ਼ 'ਚ TV ਨਹੀਂ ਦੇਵਾਂਗੇ। ਉਹ ਜਿਹੜੇ ਬਾਪ ਆਪਣੀ ਬੇਟੀ ਨੂੰ LCD ਦੇ ਕੇ ਤੋਰਨ, ਅਤੇ ਲੈ ਧੀਏ ਕੰਜਰਖਾਨਾ ਬੱਚਿਆਂ ਨੂੰ ਵੀ ਵਿਖਾਈ ਅਤੇ ਆਪ ਵੇਖੀ, ਦੱਸੋ ਉਹ ਧੀ ਕਿਹੜੀ ਸੂਰਤ ਯਾਸੀਨ ਪੜ੍ਹਨ ਵਾਲੇ ਜੰਮਣੇ ਨੇ? ਉਹ ਡਰਾਮੇ ਵੇਖਣ ਵਾਲੀ ਹੋਏਗੀ। ਹਾਂ, ਉਹ ਪੁੱਤਰ ਵੀ ਇੰਜ ਦੇ ਹੋਣੇ ਨੇ। ਵੱਲ ਤੁੰਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ, ਅਤੇ ਜਿਹੜਾ ਕੰਮ ਮਾਵਾਂ ਕਰਦੀਆਂ ਉਹ ਕਰਦੀਆਂ ਧੀਆਂ। ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਅਤੇ ਥੋੜ੍ਹਾ। ਉਹ ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ? ਸਾਰਾ ਟੱਬਰ ਪੀ ਲੈਨੇ ਸਪਾਈਆ ਦੁੱਧ ਦੀ ਚਾਹ। ਉਦੋਂ ਦੌਰ ਮਸ਼ੀਨੀ ਨਹੀਂ ਸੀ, ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ, ਬਹੁਤੇ ਡਾਕੂ ਚੋਰ ਨਹੀਂ ਸੀ। ਸੀ ਅੱਖਾਂ ਵਿੱਚ ਹਯਾ, ਉੱਚੀ ਬੋਲੋ, ਸੀ ਅੱਖਾਂ ਵਿੱਚ ਹਯਾ। ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ? ਹੁਣ ਸਾਰਾ ਟੱਬਰ ਬਹਿ ਕੇ TV ਵਹਿੰਦਾ ਹੈ, ਅਤੇ ਹਯਾ ਕਿੱਥੇ ਰਹੇ? ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਅਤੇ ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਖੇੜਾ। ਮੀਆਂ ਸਾਹਿਬ ਫਰਮਾਉਂਦੇ ਨੇ, ਲੱਕਾਂ ਪੈਰ ਬੇਰੀ ਨੂੰ ਲੱਗਦੇ ਚੜ ਜਾਂਦੇ ਕਈ ਕੱਚੇ ਜੜੇ ਪੱਕਣ ਲਾਲ ਮੁਹੰਮਦ ਤੇ ਉਹ ਖਾਂਦੇ ਵੱਟੇ ਜਿੰਨਾ ਬੇਰਾਂ ਚ ਰਸ ਹੋਵੇ ਵੱਟੇ ਉਹਨਾਂ ਨੂੰ ਪੈਂਦੇ ਵੀ ਆਸਾਂ ਪਰਮਾਂਦੇ ਨੇ ਲਾ ਛੱਡ ਯਾਰੀ ਤੂੰ ਯਾਰ ਦਾ ਬੂਆ ਨਹੀਂ ਤੇ ਬਣ ਜਾਏਗਾ ਰੋਗੀ ਜਿਹੜੀ ਬੱਕਰੀ ਇਜੜਾ ਵਿਛੜੀ ਤੇ ਉਹ ਬਗਿਆੜਾ ਜਾਗੀ ਇੱਜੜ ਇੱਜੜ ਨਾਲੋਂ ਨਾ ਵਿਛੜੋ। ਇਸਲਾਮ ਦਾ ਇੱਜੜ ਇੱਕੋ ਹੀ ਹੈ, ਉਹਦੇ 'ਚ ਹਯਾ ਵੀ ਹੈ, ਉਹਦੇ 'ਚ ਇਮਾਨ ਵੀ ਹੈ। ਅਲ ਹਯਾਓ ਮੀਨ ਅਲ ਇਮਾਨ, ਹਯਾ ਇਮਾਨ ਦਾ ਹਿੱਸਾ ਹੈ। ਜਿਸ ਪਾਰਟੀ ਕੋਲ, ਜਿਸ ਮੌਨ ਕੋਲ, ਜਿਸ ਮੁਸਲਮਾਨ ਕੋਲ, ਜਿਸ ਬਸਤੀ 'ਚ ਹਯਾ ਮੁੱਕ ਜੇ, ਉੱਥੇ ਇਸਲਾਮ ਨਹੀਂ ਹੋ ਸਕਦਾ। ਧਿਆਨ ਕਰਿਆ ਜੇ, ਬੜੀ ਵੱਡੀ ਗੱਲ ਕਰਨ ਲੱਗਾ, ਇਹਨੂੰ ਸਮਝਣਾ। ਓਏ ਵੀਰੋ, ਬਹੁਤੇ ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਵਿੱਚ ਹਯਾ। ਉੱਚੀ ਬੋਲੋ, ਸੀ ਅੱਖਾਂ ਵਿੱਚ ਹਯਾ। ਅੱਗੇ ਬਾਪ ਘਰ ਆਉਣਾ, ਧੀਆਂ ਸਿਰ ਕੱਜਣੇ, ਦੁਪੱਟੇ ਲੈਣੇ। ਹੁਣ ਬਾਪ ਨਾਲ ਬਹਿ ਕੇ ਨਾਲੇ TV ਵੇਖਦਾ, ਨਾਲੇ ਸਿਗਰਟ ਪੀਂਦਾ। ਐਦਰਾ ਚੈਨਲ ਬਦਲੀ, ਐਦਰਾ ਚੈਨਲ ਬਦਲੀ। ਅਤੇ ਫਿਰ ਧੀਆਂ ਵੀ ਤੇ ਨਾ ਜੀ ਉਹੋ ਜਿਹੀ ਗੈਰਤ ਵਿਖਾਉਣੀ ਹੈ ਨਾ। ਬਹੁਤੇ ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਵਿੱਚ ਹਯਾ। ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ? ਸਾਰਾ ਟੱਬਰ ਪੀ ਲੈਨੇ ਸਪਾਈਆ ਦੁੱਧ ਦੀ ਚਾਹ। ਹੁਣ ਜਿੰਨੇ ਪੁੱਤਰ ਉਨੇ ਹੀ ਨਲਕੇ, ਉਨੇ ਪੰਪ,
ਉਨੇ ਬੂਹੇ ਉਨੀਆਂ ਫਰਿੱਜਾਂ ਬੋਲੋ ਅਤੇ ਉਦੋਂ ਹੁਣ ਤਾਂ ਭਾਈ ਮੋਟਰ ਸੜ ਜਾਣਾ ਅਤੇ ਬੰਦਾ ਚਾਚੀ ਵੱਲੋਂ ਪਾਣੀ ਭਰਨ ਜਾਏ ਅਤੇ ਦੂਜੀ ਵਾਰ ਬਟਨ ਸੁੱਟੀ ਜਾਣਾ ਚਾਚੀ ਲੱਗ ਪੈਂਦੀ ਇਹ ਸਾਡਾ ਵੀ ਹੁਣ ਪੰਪ ਸਾੜ ਕੇ ਹੀ ਸਾਹ ਲਿਆ ਜੇ ਰੁੱਖੇ ਹੋ ਗਏ ਪਿੰਡ ਦੇ ਲੋਕ ਅਤੇ ਸੁੰਝੇ ਹੋ ਗਏ ਦਾਰੇ ਰੁੱਖੇ ਹੋ ਗਏ ਗਰਜਾਖ ਦੇ ਲੋਕ ਅਤੇ ਸੁੰਝੇ ਹੋ ਗਏ ਦਾਰੇ ਕਿੱਥੇ ਤੁਰ ਗਏ ਪਿੰਡ ਦੇ ਬਾਬੇ ਜਿਹੜੇ ਵੰਡਦੇ ਪਿਆਰ ਸੀ ਸਾਰੇ ਉਹ ਕਿੱਧਰ ਤੁਰ ਗਏ ਨੇ ਉਹ ਪਿਆਰ ਤੇਆ ਮੁਫਤਾਂ ਕਿੱਧਰ ਗਈਆਂ ਨੇ ਅੱਲਾ ਇੱਥੇ ਨਵਾਬ ਚੌਕੋ ਟਾਂਗੇ 'ਤੇ ਬਹਿਣਾ ਬੱਲਿਆ ਕਿੱਧਰ ਚੱਲਾਂ ਮੈਂ ਗਰਜਾਖ ਚੱਲਾਂ ਕਿਹਦਾ ਜਵਾਈ ਹੈ ਫਲਾਣੇ ਦਾ ਅੱਛਾ ਉਤਰਨ ਲੱਗਿਆ ਉਹਨੇ ਕਿਰਾਇਆ ਦੇਣਾ ਨਾ ਅਤੇ ਉਹਨਾਂ ਨਾ ਭਾਈ ਮੈਂ ਮਾੜਾ ਜ਼ਰੂਰ ਹਾਂ ਕੋਚਵਾਨ ਪਰ ਗੈਰਤ ਬੜੀ ਹੋ ਤੂੰ ਉਹਦਾ ਜਵਾਈ ਨਹੀਂ ਮੇਰਾ ਜਵਾਈ ਅਤੇ ਹੁਣ ਨਵਾਬ ਚੌਕੋ ਚਿੰਗ ਚੀ ਬੰਦੇ ਮਾਰ 'ਤੇ ਬਹਿ ਜਾਓ ਅਤੇ ਇੱਥੇ ਰਾਹ 'ਚੋਂ ਅੱਬਲ ਤਾਂ ਕਿਸੇ ਪੁੱਛਣਾ ਹੀ ਨਹੀਂ ਉਹਨਾਂ ਬਹਿੰਦੇ ਨਹੀਂ ਸੀ ਬੁਲਾ ਦੇਣੀ ਬੋਲੋ ਅਤੇ ਜੇ ਪੁੱਛ ਵੀ ਲੈਣਾ ਵੀ ਤੂੰ ਕਿੱਧਰ ਜਾਣਾ ਮੈਂ ਕਜ਼ਾਫੀ ਰੋਡ 'ਤੇ ਚੱਲਾਂ ਫਲਾਣ ਦਾ ਜਵਾਈ ਹੈ ਅਤੇ ਜੇ ਉਤਰਨ ਲੱਗਿਆ ਆਖਣਾ ਮੇਰੇ ਕੋਲ 5 ਘੱਟ ਨੇ ਅਤੇ ਤੂੰ ਇੱਥੇ ਹੀ ਉਤਰ ਬੋਲੋ ਤਾਂ ਸਹੀ ਜਰਾ ਹੁਣ ਤੂੰ ਇੱਥੇ ਹੀ ਉਤਰ ਹੁਣ ਤਾਂ ਕੋਈ ਯਾਦ ਨਹੀਂ ਰਹਿ ਗਿਆ ਉਹ ਪਹਿਲੇ ਵਕਤਾਂ 'ਚ ਵਡੇਰਾ ਬੰਦਾ ਕੰਮ ਕਰਦਾ ਹੋਣਾ ਨਾ ਅਤੇ ਮੁੰਡਿਆਂ ਆਖਣਾ ਤਾਇਆ ਤੂੰ ਬਹਿ ਜਾ ਅਤੇ ਮੈਂ ਕਰ ਦਿੰਦਾ ਅਤੇ ਹੁਣ ਵਡੇਰਾ ਕਰਦਾ ਹੋਵੇ ਨਾ ਕੰਮ ਅਤੇ ਨਾਲ ਮੁੰਡਾ ਕਰਦਾ ਹੋਏ ਅਤੇ ਵਡੇਰਾ ਕਰਦਾ ਹੋਵੇ ਅਤੇ ਮੁੰਡਾ ਆਖੇ ਲੈ ਤਾਇਆ ਤੂੰ ਦੇਸੀ ਘਿਓ ਖਾਧਾ ਮੇਰਾ ਵੀ ਕੰਮ ਕਰ ਦੇ ਉਹ ਬੋਲੋ ਤਾਂ ਸਹੀ ਹੈ ਹੁਣ ਹੈ ਗੱਲ ਓਏ ਬਹੁਤੇ ਡਾਕੂ ਚੋਰ ਨਹੀਂ ਸੀ ਮੈਂ ਲਾਹੌਰ ਤਕਰੀਬ ਪਿਆ ਕਰਾਂ ਮੈਂ ਕਿਹਾ ਲੋਕੋ ਬਿਜਲੀ ਡਾਇਰੈਕਟ ਨਾ ਬਾਲੋ ਓਏ ਜੁੱਤੀ ਨਾ ਚੁੱਕਿਆ ਕਰੋ ਓ ਲੋਕੋ ਮੈਂ ਕਿਹਾ ਓ ਲੋਕੋ ਬਿਜਲੀ ਡਾਇਰੈਕਟ ਨਾ ਬਾਲੋ ਮੈਂ ਚੋਰੀ ਨਾ ਕਰੋ ਮੋਬਾਈਲ ਨਾ ਚੋਰੀ ਕਰੋ ਚਾਰਜ ਨਾ ਚੋਰੀ ਕਰੋ ਠੱਗੀ ਨਾ ਮਾਰੋ ਇੱਕ ਬਾਬਾ ਦਾ ਮੇਰੀ ਵੀ ਸੁਣੇਗਾ ਮੈਂ ਕਿਹਾ ਇੰਨੇ ਘੰਟੇ ਮੈਨੂੰ ਸੁਣਿਆ ਹੀ ਅਤੇ ਮੈਂ ਵੀ ਸੁਣ ਲੈਣਾ ਕਹਿੰਦਾ ਜਿੱਥੇ ਬੋਲ ਰਿਹਾ ਮਸੀਤ ਦੀ ਵੀ ਡਾਇਰੈਕਟ ਹੀ ਲੱਗੀ ਹੈ ਅਸਤਗਫਿਰੁੱਲਾ ਮਾਜ਼ ਅੱਲਾ ਸੁਮਾ ਮਾਜ਼ ਅੱਲਾ ਹੈ ਕੋਈ ਹਾਲ ਹੈ ਹਾਂ ਨਹੀਂ ਆ ਸਾਡੀ ਤਾਂ ਮੀਟਰਾਂ 'ਤੇ ਹੀ ਹੈ ਮੈਂ ਲਾਹੌਰ ਦਾ ਨਾਂ ਲਿਆ ਹੈ ਨਾ ਆਪਣੇ ਸ਼ਹਿਰ ਦਾ ਲਿਆ ਪਿੰਡ ਦਾ ਨਹੀਂ ਨਾਂ ਲਿਆ ਬਦਨਾਮੀ ਹੁੰਦੀ ਹੈ ਅਗਲੇ ਦਿਨ ਇੱਕ ਕਮਤਰਾ ਮੈਨੂੰ 500 ਦਾ ਜੇਲੀ ਤਕਰੀਰ 'ਚ ਦੇ ਗਿਆ ਆ ਵੇਖੋ ਕੋ ਹਾਲ ਆ ਵੇਖੋ ਹੁਣ ਤਾਂ ਭਾਈ ਇੱਥੋਂ ਜੁਮਾਂ ਪੜ੍ਹ ਕੇ ਨਿਕਲੀਏ ਨਾ ਜੁਮਾਂ ਪੜ੍ਹ ਕੇ ਨਿਕਲੀਏ ਇੱਥੋਂ ਤਾਂ ਬਜ਼ਾਰ ਦਾ ਨੋਟ ਪਿਆ ਹੋਵੇ ਨਾ ਉੱਤੇ ਪੈਰ ਰੱਖ ਲੈਂਦੇ ਤੈਨੂੰ ਕੀ ਹੋਇਆ ਮੇਰਾ ਪੈਰ ਸੌਂ ਗਿਆ ਇਹ ਨਹੀਂ ਪਤਾ ਇਮਾਨ ਸੌਂ ਗਿਆ ਹਜ਼ਾਰ ਤੇ ਮਾਨ ਗਵਾ ਜਾਂਦੇ ਨੇ ਓ ਤੁਸੀਂ ਹਜ਼ਾਰ ਕਹਿੰਦੇ ਜੇ ਪਿੰਡੀ ਬਾਈਪਾਸ ਤੋਂ ਗੱਡੀ 'ਤੇ ਬਹਿ ਜਾਣ ਚੰਦ ਦੇ ਕਿਲੇ ਤੱਕ ਜਾਣਾ ਹੋਵੇ ਨਾ ਅਤੇ ਆਲਮ ਚੌਕ 'ਚ ਸੌਂ ਜਾਂਦੇ ਨੇ ਕਿ ਡਰਾਈਵਰ ਸਮਝੇ ਰਾਹ ਵਾਲੀ ਨੂੰ ਸੁੱਤਾ ਹੀ ਆਇਆ ਇਹਨੇ ਕਿਰਾਇਆ ਦਿੱਤਾ ਹੈ ਕਲਿੰਡਰ ਇਹੀ ਸਮਝੇ ਉਹ 100 ਤੇ ਮਾਨ ਗਵਾਉਂਦੇ ਨੇ ਉਹ ਕੀ ਯਾਰ ਤੁਹਾਨੂੰ ਮੈਂ ਦੱਸਾਂ 100 ਦਾ ਲੋਡ ਕਿਸੇ ਦਾ ਕਿਸੇ ਵੱਲ ਆ ਜਾਣ ਉਹ ਫੋਨ ਕਰੇ ਭਾਈ ਤੇਰੇ ਵੱਲ ਆ ਗਏ ਮੈਂ ਤੈਨੂੰ ਕਿਹਾ ਸੀ ਕੱਲ੍ਹ ਇਹ ਨਹੀਂ ਅੱਗੋਂ ਕਹਿੰਦੇ ਵੀ ਮੈਂ ਤੈਨੂੰ ਕਰਾ ਦੇਣਾ ਨਾ ਉਹ ਬੋਲੋ ਤੇ ਸਹੀ 100 ਤੇ ਮਾਨ ਗਵਾ ਜਾਂਦੇ ਬਹੁਤੇ ਡਾਕੂ ਚੋਰ ਨਹੀਂ ਸੀ ਸੀ ਅੱਖਾਂ ਵਿੱਚ ਹਯਾ ਕਿੱਧਰ ਗਿਆ ਦੌਰ ਪੁਰਾਣਾ ਅਤੇ ਪੈ ਗਿਆ ਕਿਹੜੀ ਰਾਹ ਸਾਰਾ ਟੱਬਰ ਪੀ ਲੈਨੇ ਸਾ ਪਾਈਆ ਦੁੱਧ ਹੀ ਚਾਹ ਓਏ ਉਦੋਂ ਕਜ਼ਨ ਸਿਆਪਾ ਨਹੀਂ ਸੀ ਬੋਲੋ ਉਦੋਂ ਕਜ਼ਨ ਉਦੋਂ ਚਾਚੇ ਦੀ ਧੀ ਪਤਰੇਰ ਹੁੰਦੀ ਸੀ ਮਾਸੀ ਦੀ ਧੀ ਮਸੇਰ ਹੁੰਦੀ ਸੀ ਮਾਮੇ ਦੀ ਧੀ ਮਮੇਰ ਹੁੰਦੀ ਸੀ ਫੁੱਫੀ ਦੀ ਧੀ ਫਫੇਰ ਹੁੰਦੀ ਸੀ ਫਫੇਰੀ ਹੁੰਦੀ ਸੀ ਅਤੇ ਰਿਸ਼ਤਿਆਂ ਦੀ ਵੰਡ ਹੁੰਦੀ ਸੀ ਅਤੇ ਹਯਾ ਹੁੰਦੀ ਸੀ ਮਾਸੀ ਦਾ ਪੁੱਤਰ ਮਸੇਰ ਹੁੰਦਾ ਸੀ ਅਤੇ ਚਾਚੇ ਦਾ ਪੁੱਤਰ ਨਾ ਜੀ ਸੁਣ ਲਓ ਪਤਰੇਰ ਹੁੰਦਾ ਸੀ ਅਤੇ ਜਨਾਬ ਰਿਸ਼ਤਿਆਂ ਦੀ ਵੰਡ ਹੁੰਦੀ ਸੀ ਅਤੇ ਵੱਡਾ ਭਰਾ ਖਲੋਤਾ ਹੋਣਾ ਅਤੇ ਮੁੰਡਿਆਂ ਲੁਕ ਜਾਣਾ ਮੇਰਾ ਵੱਡਾ ਭਰਾ ਆ ਗਿਆ ਅਤੇ ਹੁਣ ਵੱਡੇ ਨੂੰ ਆਉਂਦੇ ਨੇ ਹੈ ਮੈਨੂੰ ਮੁੱਛ ਆ ਗਈ ਹੁਣ ਮੈਨੂੰ ਕੁਛ ਨਾ ਆਖੀ ਹੁਣ ਤਾਂ ਅੱਗੋਂ ਸਿੱਧੇ ਹੁੰਦੇ ਪਹਿਲਾਂ ਭਰਾ ਆਖੇ ਨਾ ਇੰਜ ਕਰਨ ਡੋਂਟ ਟੱਚ ਮੀ ਲਾਈਫ ਇੰਟਰਫੇਲ ਮਤ ਕਰਨਾ ਮੈਂ ਆਪਣੀ ਲਾਈਫ ਕਾ ਵਾਰਸ ਹੂੰ ਜੋ ਮਰਜ਼ੀ ਕਰੂੰ ਐ ਸੁਣੋ ਉਦੋਂ ਕਜ਼ਨ ਸਿਆਪਾ ਨਹੀਂ ਸੀ ਹੁਣ ਚਾਚੇ ਦੀ ਧੀ ਅਤੇ ਕਜ਼ਨ ਹੁਣ ਕੋਈ ਸਹੇਲੀ ਹੈ ਅਤੇ ਕਜ਼ਨ ਸਹੇਲਾ ਹੈ ਅਤੇ ਕਜ਼ਨ ਉਹ ਬੋਲੋ ਤਾਂ ਸਹੀ ਹੈ ਐ ਕਜ਼ਨ ਕਜ਼ਨ ਚੱਲ ਪਿਆ ਉਦੋਂ ਕਜ਼ਨ ਸਿਆਪਾ ਨਹੀਂ ਸੀ ਅੰਟੀ ਅੰਕਲ ਪਾਪਾ ਨਹੀਂ ਸੀ ਬਾਬਾ ਤੈਨੂੰ ਕਦੀ ਪਾਪਾ ਕਿਹਾ ਸੀ ਕਿਸੇ ਬੋਲੋ ਬੋਲੋ ਤਾਂ ਸਹੀ ਕਿਉਂ ਬਾਬਾ ਤੈਨੂੰ ਕਿਹਾ ਸੀ ਪਾਪਾ ਕਦੀ ਬੋਲੋ ਨਹੀਂ ਕਿਹਾ ਮਾਰੀ ਕੈਮਰਾ ਜ਼ਰਾ ਬਾਬਾ ਦਾ ਨਹੀਂ ਕਿਹਾ ਸੀ ਆਸਾਂ ਗੱਲ ਸੱਚੀ ਕੀਤੀ ਉਦੋਂ ਕਜ਼ਨ ਸਿਆਪਾ ਨਹੀਂ ਸੀ ਬੋਲੋ ਉਦੋਂ ਕਜ਼ਨ ਸਿਆਪਾ
ਸਿਆਪਾ ਨਹੀਂ ਸੀ, ਆਂਟੀ ਅੰਕਲ ਪਾਪਾ ਨਹੀਂ ਸੀ, ਐਡੇ ਚਿੱਟੇ ਖੂਨ ਨਹੀਂ ਸੀ, ਬੋਲੋ ਐਡੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਬੋਲੋ ਮੁੰਡਿਓ ਇਹ ਨੁੱਕਰ ਬੜੀ ਬੋਲਦੀ ਹੈ, ਹਾਂ ਇਹ ਪਿਆਰ ਹੈ ਨਾ ਓਏ, ਉਦੋਂ ਸੁਣ ਲਓ ਐਡੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਵੀਰੋ ਸੁਣੋ ਐਡੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਛੋਟੇ ਭਰਾ ਹੁੰਦੇ ਸੀ ਵੀਰੇ, ਬੋਲੋ ਛੋਟੇ ਭਰਾ ਹੁੰਦੇ ਸੀ ਵੀਰੇ, ਅਤੇ ਵੱਡੇ ਹੁੰਦੇ ਸੀ ਭਾ, ਉੱਚੀ ਬੋਲੋ ਵੱਡੇ ਹੁੰਦੇ ਸੀ ਭਾ, ਕਿੱਧਰ ਗਿਆ ਉਹ ਦੌਰ ਪੁਰਾਣਾ, ਅਤੇ ਪੈ ਗਿਆ ਕਿਹੜੀ ਰਾਹ, ਸਾਰਾ ਟੱਬਰ ਪੀ ਲੈਂਦੇ ਸਭ ਪਾਈਆ ਦੁੱਧ ਦੀ ਚਾਹ, ਅਤੇ ਜਦੋਂ ਕਿਤੇ ਪ੍ਰਾਹੁਣਾ ਆਉਣਾ ਅਤੇ ਫਿਰ ਜਾ ਕੇ ਗੋਸ਼ਤ ਲਿਆਉਣਾ, ਅਤੇ ਸਭ ਨੂੰ ਆਉਣੀ ਬੋਟੀ ਬੋਟੀ, ਕਿਸੇ ਨੂੰ ਆਉਣੀ ਬੋਲੋ ਸਭ ਨੂੰ ਆਉਣੀ ਬੋਟੀ ਬੋਟੀ, ਕਿਸੇ ਨੂੰ ਵੱਡੀ ਕਿਸੇ ਨੂੰ ਛੋਟੀ, ਅਤੇ ਉਹਨੇ ਜਾ ਕੇ ਮਾਂ ਨੂੰ ਦੱਸਣਾ ਮਾਸੀ ਕੀਤਾ ਵਾਹਵਾ ਚਾਹ, ਹੁਣ ਕੌਲਾ ਵੀ ਖਾ ਲੈਣ 'ਤੇ ਆਉਂਦੇ ਲੱਭੇ ਕੱਖ ਨਹੀਂ, ਸਹੀ ਗੱਲ, ਹੁਣ ਤਾਂ ਐਡੀ ਆਸਾਨ ਫਰਾਮੋਸ਼ੀ ਹੋ ਗਈ ਕੌਲੀ। ਦੋਸਤੋ ਵੀਡੀਓ ਦੇਖਣੇ ਕਾ ਸ਼ੁਕਰੀਆ, ਅਗਰ ਆਪ ਚਾਹਤੇ ਹੈ ਕਿ ਹਮ ਇਸ ਤਰ੍ਹਾਂ ਕੀ ਮਜ਼ੀਦ ਵੀਡੀਓ ਲੇਕਰ ਹਾਜ਼ਰ ਹੋਂ ਤੋ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਲੇ, ਸਬਸਕ੍ਰਾਈਬ ਕੇ ਸਾਥ ਜੋ ਬੈਲ ਕਾ ਬਟਨ ਹੈ ਉਸ ਪਰ ਕਲਿੱਕ ਕਰ ਲੇ, ਤਾਂ ਕਿ ਹਮਾਰੀ ਹਰ ਨਈ ਤਕਰੀਰ ਆਪਕੋ ਮਿਲ ਸਕੇ, ਸ਼ੁਕਰੀਆ। ਤੌਹੀਦ ਚੈਨਲ ਯੂਟਿਊਬ ਤੋਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਦੋਸਤ ਕਰਨਾ ਚਾਹੁਣ, ਤੌਹੀਦ ਚੈਨਲ ਯੂਟਿਊਬ ਤੋਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਦੋਸਤ ਕਰਨਾ ਚਾਹੁਣ।